ਸਮਾਣਾ ਤੋਂ ਪਟਿਆਲਾ ਜਾਣ ਵਾਲੀ ਸੜਕ ਤੇ ਪਾਖੜਾ ਨਹਿਰ ਦੇ ਪੁਲ ਦੇ ਉੱਪਰ ਇੱਕ ਹਾਦਸੇ 'ਚ PRTC ਦੀ ਬੱਸ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਪਿੰਡ ਗਾਜੇਵਾਸ ਚਤਹੇਰਾ ਦੇ ਮਹੰਤ ਬਾਬਾ ਸ਼ਿਵਗਿਰੀ ਆਪਣੇ ਪਿੰਡ ਤੋਂ ਗੁਰਦੁਆਰਾ ਗੜੀ ਸਾਹਿਬ ਜਾ ਰਹੇ ਸਨ ਕਿ PRTC ਦੀ ਬੱਸ ਨੇ ਓਵਰਟੇਕ ਕਰਦੇ ਹੋਏ ਇਸ ਹਾਦਸੇ ਨੂੰ ਅੰਜਾਮ ਦਿੱਤਾ। ਇਹ ਆਰੋਪ ਮ੍ਰਿਤਕ ਦੇ ਬੇਟੇ ਅਵਤਾਰ ਸਿੰਘ ਨੇ ਬੱਸ ਚਾਲਕ 'ਤੇ ਲਗਾਏ ਹਨ। ਜੋ ਤਾਂ ਉਹਦੀ ਸਾਈਡ ਜਾ ਰਹੇ ਟਰੱਕ ਵਾਲੇ ਨੇ ਓਵਰਟੇਕ ਕਰਕੇ ਉਹਦੇ ਟਾਇਰ ਚਾੜੇ, ਉੱਪਰ ਦੀ ਟਰੱਕ ਵਾਲੇ ਨੇ, ਬੱਸ ਵਾਲੇ ਨੇ ਉੱਪਰ ਦੀ ਓਵਰਟੇਕ ਕਰਕੇ ਉਹ ਕਰਾ, ਸਾਰੇ ਉੱਤੇ ਸਬੂਤ ਖੜੇ ਨੇ ਜੀ ਸਾਰੇ। ਬਸ ਕਿਹੜੀ PRTC ਦੀ? PRTC ਦੀ ਬੱਸ ਹੈ ਜੀ, ਉਹਨੇ ਲਾਪਰਵਾਹੀ ਨਾਲ ਓਵਰਟੇਕ ਕਰਿਆ, ਓਵਰਟੇਕ ਕਰਕੇ ਉੱਪਰ ਦੀ ਬੱਸ ਦਾ ਟਾਇਰ ਚ ਬਚ ਰਿਹਾ ਜੀ ਸਾਡਾ। ਸਮਾਣਾ ਤੋਂ ਨੂਰੀ ਬਾਂਸਲ ਦੀ ਰਿਪੋਰਟ, ਚੈਨਲ 2।